आले बाबा वेसन वो डोकला। हाँ बाबा ऐसे तू डोके पाल दे सीधी तेरी कैसे हो नारी सीधी लड़ाई जाती है वो जबान संभाल के गल कर बाबा मैं था जबान संभाल लू पर तू अपनी जनानी संभाल जाके मैनू इधर किधर तोता भी नहीं जींदा तोता के मैं देखू वो खड़ा सीधी दे उल्ले ओ मैं था कहीं ना दो पोलियां पोलियां चार देगी चीज व्याह शादी चाहे जे जावड़े गोले था पता भी नहीं लगता ए लोक लोक के केड़े खसम ना पींगा प डॉक्टर मेरे प्यौदे को सलाम कर दी करके खा गया मेरे चावल ए जानिया तैनू ना जी ना मैं ना तैनू बड़ा फड्डे मारवा जय वड्डियां दा आ तेरे मुरे हाथ बने पिंड च मेरी थोड़ी बहुत इज्जत बनी रहन दे आ लो पुत दो क लड्डू और फड़ा दे हां जी मम्मी तेनू याद आ की एक बारी मेरे छोटे होंदे दे तू थप्पड़ मारिया सी नाल ही मैं मारता सी पर जद मैं सॉरी मंगी तू झट देनी मेनू माफ करता सी वे तू मेरे कदो थप्पड़ मारिया हां जे तू मेरे थप्पड़ मारिया हुंदा ना मैं तेरी तौड़ी ला के रख दंदी तेरे ता पुत रोज पैंदियां ने उई बैठा कपौड़ छड्डी जांदा कुड़े हां सच मैं सुखी दे मामी नु पुछ के आउनी आ भाई ओदे पेक्या नु किन्नी क मठियाई करनी है हां जी पुत्तो ऐ कर आ लिफाफे च मठियाई पा मैं हुणे आई हां हां जी सुख पुत कराए देना काम हां हले तक गुस्सा है थप्पड़ वाली गल दा आ ले आ कलेजे दे बटे हुए लड्डू नु मेरे मार के मथे च कड ले गुस्सा कड ले कड ले कड ले ਉਹ ਸ਼ਰੀਰ ਲੈ ਡੈਕ ਜਿਹੜਾ ਵਧੀਆ ਚੱਲਦਾ ਇਹਦਾ ਡੈਕ ਤਾਂ ਰੀਲਾ ਹੀ ਬਹੁਤ ਵੱਲਦਾ ਬਾਬਾ ਉਹ ਬਾਬਾ ਆ ਬੰਦਾ ਉਹਦੀ ਭੈਣ ਦੇ ਘਰ ਨਹੀਂ ਪੈ ਨਿਕਲਿਆ ਇਹ ਤਾਂ ਯਾਰ ਖਾਂਦੀ ਬਹੁਤ ਆ ਬੰਦਾ ਕਾ ਹੱਥੀ ਅੱਧੀ ਭਾਜੀ ਖਾ ਗਿਆ ਇਹ ਓਏ ਇਹ ਕਾਹਨੂੰ ਖਾਂਦਾ ਹੈ ਹਾਂ ਇਹਦੀ ਜਨਾਨੀ ਆ ਖਾਣ ਛੂਰੀ ਅੱਛਾ ਜਨਾਨੀਆਂ ਨੇ ਤਾਂ ਜਿਸੀ ਮੁੰਨੀ ਮੂਰੇ ਲਾ ਰੱਖੇ ਥੇ ਇਹ ਕਹਦੇ ਬਾਗ ਦੀ ਮੂਲੀ ਹੈ ਸਹੀ ਗੱਲ ਹੈ ਓਏ ਜੋਕਲਾ ਤੋਚਾ ਨਹੀਂ ਜਿੰਦਾ ਪਤਾ ਨਹੀਂ ਕਿਹੜੀ ਜਾਣੀ ਤੇ ਬਹਿ ਗਿਆ ਜਾ ਕੇ ਓਏ ਹੁਣੇ ਕਿੱਥੇ ਜਾਣਾ ਬਾਬਾ ਆ ਇੱਥੇ ਹੀ ਹੋਊ ਹਾਂ ਓਏ ਡੋਕਲਾ ਉਸਰੀਲੇ ਸਵਾਦ ਨੇ ਉਹ ਗਾਣਾ ਲਾਣਾ ਸ਼ੋਲੇ ਫਿਲਮ ਵਾਲਾ ਕੋਈ ਹਸੀਨਾ ਜਬ ਰੂਠ ਜਾਤੀ ਹੈ ਤੋ ਔਰ ਵੀ ਹਸੀਨ ਹੋ ਜਾਤੀ ਹੈ ਐਨੀ ਛੇਤੀ ਰੂਠ ਵੀ ਕੀ ਲੱਗਦਾ ਹੈ ਤੇਰਾ ਵੀ ਸਾਧੂ ਬਾਬਿਆਂ ਨੂੰ ਹੱਥ ਹੌਲਾ ਕਰਨਾ ਪੈਣਾ ਵਾ ਆ ਦੋ ਗਲਾਸਾਂ ਚ ਬੱਤਾ ਪਾਓ ਜੀ ਨਹੀਂ ਬਈ ਨਹੀਂ ਬੱਚੇ ਤਾਂ ਸਿਰਫ ਬਰਾਤੀਆਂ ਬਾਤੇ ਜਾਂ ਘਰ ਦੇ ਦਵਾਈਆਂ ਭਾਂਜਾਂ ਬਾਤੇ ਆ ਕਿਸੇ ਲੰਜੂ ਪੰਜੂ ਬੰਦੇ ਨੂੰ ਨਹੀਂ ਦੇਣਾ ਪਾ ਹਾਂ ਮੈਂ ਇਸ ਘਰ ਦੇ ਜੇਠੇ ਜਵਾਈ ਦਾ ਜੇਠਾ ਮੁੰਡਾ ਚੁੱਪ ਕਰਕੇ ਬੱਤਾ ਪਾ ਮੇਰੇ ਮੰਮੀ ਪਾਪੇ ਨੇ ਪੀਣਾ ਲੈ ਆਪਣੇ ਦੋਨਾਂ ਵਾਸਤੇ ਲੈ ਕੇ ਆਇਆ ਉਹ ਆਹੋ ਮੰਮੀ ਨੇ ਮੇਰੀ ਸਪੈਸ਼ਲ ਡਿਊਟੀ ਲਾਈ ਆ ਹਾਂ ਬੇ ਭੋਲੀ ਤੇ ਉਹਦੀਆਂ ਸਹੇਲੀਆਂ ਦੀ ਖਾਸ ਸੇਵਾ ਤੂੰ ਕਰਨੀ ਆ ਮੈਂ ਕਿਹਾ ਭੋਲੀ ਤੇ ਚਲੋ ਮੇਰੀ ਭੈਣ ਹੈ ਪਰ ਐਵੇਂ ਜੇ ਕੋਈ ਉਹਦੀ ਸਹੇਲੀ ਗੁੱਸਾ ਗਾਸਾ ਕਰ ਗਈ ਉਹਨੇ ਮੇਰੇ ਚਪੇੜ ਚ ਬੂੜ ਜੜਤੀ ਫੇਰ ਕੀ ਤੂੰ ਬਰਾਬਰ ਰੱਖ ਦੇ ਮੈਂ ਤਾਂ ਰੱਖ ਦੂੰ ਪਰ ਅਗਲੀ ਨੇ ਮੁੜ ਕੇ ਮੈਨੂੰ ਮਾਫ ਨਹੀਂ ਕਰਨਾ ਹੈਗਾ ਹਾਂਜੀ ਮੈਂ ਤਾਂ ਛੱਟ ਮਾਫ ਕਰ ਦੂੰਗੀ ਜੀ ਤੁਹਾਨੂੰ ਤੁਹਾਡਾ ਕੀ ਹੈ ਜੀ ਤੁਸੀਂ ਤਾਂ ਮੈਨੂੰ ਬਿਨਾਂ ਗਲਤੀ ਤੋਂ ਹੀ ਮਾਫ ਕਰਨ ਨੂੰ ਫਿਰਦੇ ਹੋ ਹਲੋ ਜੀ ਪੀਲੋ ਪੀਲੋ ਕਾਫੀ ਦੇਰ ਤੋਂ ਅੱਖੇ ਤੁਹਾਡੀ ਬੱਤੀ ਤੇ ਲਓ ਜਿੰਦਰ ਜੀ ਸਾਰੇ ਹੱਥ ਦੀ ਪੱਚੀ ਜੀ ਨਾਲ ਗਾਟੀਆਂ ਪੈ ਰਹੀਆਂ ਨੇ ਜੈ ਖਾਣੇ ਦਾ ਚੌਰ ਦਾੜੀਆਂ ਸਾਧੂ ਮੇਰੇ ਕੰਨੇ ਝੱਕੇ ਜਾਂਦਾ ਜਿਵੇਂ ਕੋਈ ਸੋਹਣੀ ਕੁੜੀ ਦੇਖੀ ਹੋਈ ਨਹੀਂ ਹੁੰਦੀ ਅੱਛਾ ਇਹ ਚੌਰਾ ਨਾਨੀ ਤੇ ਗਾਟੀ ਪਾ ਰਿਹਾ ਹੈ ਮੈਨੂੰ ਸਾਰਾ ਪਤਾ ਤੇਰੀਆਂ ਸਾਰੀਆਂ ਕਰਤੂਤਾਂ ਦਾ ਕਲੋ ਤੇਰੇ ਤੋਂ ਮੈਂ ਪਾਸੇ ਭੰਨਦੀ ਆ ਠਹਿਰ ਜਰਾ ਤੂੰ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਇੱਕ ਤੂੰ ਮਰਿਆ ਇੱਕ ਮੈਂ ਮਰਿਆ ਸਭ ਬਰਾਬਰ ਵੇ ਸੁਖੀ ਆ ਕੀ ਕਰੀ ਜਾਂਦਾ ਤੂੰ ਉਹ ਮੰਮੀ ਜਾਗੋ ਦੀ ਤਿਆਰੀ ਹੋ ਰਹੀ ਆ ਜਾਗੋ ਆਈ ਆ ਜਾਗੋ ਆਈ ਪਤਾ ਨਹੀਂ ਕਮਲ ਆਈ ਆ ਤੂੰ ਤਾਂ